ਸਾਨੂੰ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਦਿਨ ਪੂਰੇ ਹੋਈ ਜਾਣਗੇ, 10 ਸਾਲ ਪੂਰੇ ਹੋਈ ਜਾਣਗੇ, ਤੁਹਾਨੂੰ ਰੈਗੂਲਰ ਕੀਤਾ ਜਾਊਗਾ। ਪਰ ਹੁਣ 7 ਮਹੀਨੇ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕਹਿੰਦੇ ਨੇ ਵੀ ਹੋ ਗਿਆ ਜਾਓ, ਕੰਮ ਤਾਂ ਹੋਇਆ ਪਿਆ, ਜਦੋਂ ਕਿ ਸਾਨੂੰ ਹਜੇ ਤੱਕ ਆਰਡਰ ਨਹੀਂ ਕੋਈ ਪੀਏ ਨੀ, ਡੀਏ ਨੀ ਜੀ, ਕੁਛ ਨੀ ਹੈਗਾ ਉਸ ਤੋਂ ਬਿਨਾਂ। ਸਿਰਫ ਸਾਡਾ ਇੰਕਰੀਮੈਂਟ ਸਾਲ ਦਾ 5% ਇਹਨਾਂ ਨੇ ਵਧਾਇਆ ਜੀ। ਮੈਂ ਤਾਂ ਪੂਰੀ ਕੋਸ਼ਿਸ਼ ਕਰੂੰਗਾ, ਤੁਹਾਨੂੰ ਮਿਲਦਾ ਹੈ ਫਿਰ ਮੈਂ ਤਾਂ ਕਰੂੰਗਾ ਜੀ। ਬਾਥਰੂਮ ਜਾਣਾ ਸੀ, ਇੰਨੇ ਦਿਨ ਹੋ ਗਏ ਸੀ ਉੱਪਰ ਹੀ ਕਰਦੀਆਂ, ਪੜਦੇ ਲਾ ਲਾ ਕੇ ਕਰਦੀਆਂ। ਅੱਜ ਮੈਂ ਉੱਥੇ ਗਈ ਆ, ਕਾਂਸਟੇਬਲ ਨੇ ਇੱਥੇ ਮੈਨੂੰ ਬਾਹਰ ਤੋਂ ਫੜ ਲਿਆ। ਇੰਸਪੈਕਟਰ ਸਾਹਿਬ, ਇਹ ਜਦੋਂ ਉਤਰਦੀਆਂ ਆਪਣੇ ਬੰਦਿਆਂ ਨੂੰ ਕਹੋ ਇਹਨਾਂ ਨੂੰ ਹੱਥ ਹੁੱਥ ਨਾ ਲਾਉਣ। 2003 ਤੋਂ ਅੱਜ 21 ਸਾਲ ਹੋ ਗਏ, 21 ਸਾਲ ਤੋਂ ਇਹ 6,000 ਰੁਪਈਆ ਮਹੀਨੇ ਦੀ ਨੌਕਰੀ 'ਤੇ ਹੈ। ਮੈਂ ਸੈਕਟਰੀ ਐਜੂਕੇਸ਼ਨ ਜਿਹੜਾ ਹੈਗਾ IAS ਦੇ ਹੈਗੇ ਹੈ, ਉਹਨਾਂ ਕੋਲ ਇਹਨਾਂ ਦੀ ਦਰਖਾਸਤ ਭੇਜਦਾ ਕਿ ਇਹ ਇਹਨਾਂ ਦਾ ਇਕਦਮ ਕੀਤਾ ਜਾਵੇ। ਪਤਾ ਕੀਤਾ ਤੇ ਸਾਡਾ ਉਸ ਟਾਈਮ ਥੋੜੇ ਜਿਹੇ ਦਿਨ ਘੱਟਦੇ ਸੀ, ਕਿਸੇ ਦੇ 2 ਕਿਸੇ ਦੇ 4। ਸਾਨੂੰ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਦਿਨ ਪੂਰੇ ਹੋਈ ਜਾਣਗੇ, 10 ਸਾਲ ਪੂਰੇ ਹੋਈ ਜਾਣਗੇ, ਤੁਹਾਨੂੰ ਰੈਗੂਲਰ ਕੀਤਾ ਜਾਊਗਾ। ਪਰ ਹੁਣ 7 ਮਹੀਨੇ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਵੀ ਅਸੀਂ ਜਾਂਦੇ ਹਾਂ ਤਾਂ ਬਸ ਸਾਨੂੰ ਲਾਰੇ ਲਾਉਂਦੇ ਨੇ, ਕਹਿ ਦਿੰਦੇ ਨੇ ਵੀ ਹਾਂ ਹੋ ਗਿਆ, ਹਰਜੋਤ ਮੈਂ ਕਹਿੰਦੇ ਨੇ ਵੀ ਹੋ ਗਿਆ ਜਾਓ, ਕੰਮ ਤਾਂ ਹੋਇਆ ਪਿਆ, ਜਦੋਂ ਕਿ ਸਾਨੂੰ ਹਜੇ ਤੱਕ ਆਰਡਰ ਨਹੀਂ ਦਿੱਤੇ। ਸਰ ਮੈਂ ਖੋਜ ਉਹਨਾਂ ਨਾਲ 4 ਮੀਟਿੰਗਾਂ ਕਰਕੇ ਆਈ ਹਾਂ। ਇੱਕ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਕਿਹਾ 6:30 ਵਜੇ ਮੀਟਿੰਗ ਹੋਏਗੀ ਤੁਹਾਡੀ, ਸਾਨੂੰ ਉਹਨਾਂ ਨੇ 9:30 ਵਜੇ ਜਾ ਕੇ ਮੀਟਿੰਗ ਦਿੱਤੀ। ਜਦੋਂ ਅਸੀਂ ਜਾ ਕੇ ਕਿਹਾ ਵੀ ਅਸੀਂ ਲੇਡੀਜ਼ ਅਸੀਂ ਰਾਤ ਨੂੰ ਕਿੱਥੇ ਜਾਵਾਂਗੇ, ਤੇ ਕਹਿੰਦਾ ਜਿਹੜੇ ਪਹਿਲਾਂ ਬੋਲ ਸਕ ਰਹੇ ਹੈ ਨਾ, ਉਹਨਾਂ ਨੂੰ ਕਹਿੰਦਾ ਸਭ ਤੋਂ ਬਾਅਦ ਚ ਸੱਦਣਾ। ਹਰਜੋਤ ਸਿੰਘ ਬੈਂਸ ਸਾਨੂੰ ਸਾਹਮਣੇ ਦੀ ਮੂੰਹ ਤੇ ਕਹਿਣ ਲੱਗਾ ਕਿ ਅਸੀਂ ਅਸੀਂ ਤਾਂ ਧੀਆਂ ਭੈਣਾਂ ਨਹੀਂ ਹੈਗੀਆਂ, ਜਿਹੜੇ ਸਾਨੂੰ ਉਹ ਇੰਨੇ ਉੱਚੀ ਬੋਲਣ ਲੱਗ ਗਏ ਸੀਗੇ। ਅਸੀਂ ਤਾਂ ਉਹਨਾਂ ਕੋਲ ਆਪਣਾ ਹੱਕ ਹੀ ਮੰਗਦੇ, ਜਿਹੜਾ ਜਾਇਜ਼ ਹੱਕ ਹੈ ਅਸੀਂ ਉਹਨਾਂ ਨੂੰ ਦੇ ਦੇ। ਟੀਚਰ ਇੰਨੇ ਘੱਟ ਤਨਖਾਹ ਤੇ ਕੰਮ ਕਰ ਰਹੇ, ਮੈਨੂੰ ਰੋਣ ਆ ਰਿਹਾ ਹੈਗਾ। ਬੈਂਸ ਸਾਹਿਬ ਕਹਿੰਦੇ ਜਿੱਥੇ 6,000 ਤੇ ਪਹਿਲਾਂ ਗੁਜ਼ਾਰਾ ਕਰਦੇ ਸੀ, ਹੁਣ ਕਿਹੜਾ ਮਰਦ ਵੋ, ਹੁਣ ਵੀ ਕਰ ਲਓ, ਹੁਣ ਵੀ ਕਰੀ ਜਾਓ, ਕਹਿੰਦੇ 6,000 ਤੇ ਤੁਸੀਂ। ਉਹਨਾਂ ਦੀ ਇਹ ਵਾਰਡਿੰਗ ਸੀ ਸਾਡੇ ਲਈ। ਸਰ ਜੇ ਕੋਈ 90,000 ਨੀ ਹੋਣਾ ਸਾਡਾ, ਸਿਰਫ ਜਿਹੜੀ ਆਮ ਆਦਮੀ ਪਾਰਟੀ ਵਾਲੇ ਨੇ ਸਿਰਫ 18,000 ਕਰਨਾ ਜੀ, 6,000 ਉਸ ਨੂੰ ਸਾਡਾ 12,000 ਰੁਪਇਆ ਵਧਣਾ। ਕੋਈ ਟੀਏ ਨੀ, ਡੀਏ ਨੀ ਜੀ, ਕੁਛ ਨੀ ਹੈਗਾ ਉਸ ਤੋਂ ਬਿਨਾਂ। ਸਿਰਫ ਸਾਡਾ ਇੰਕਰੀਮੈਂਟ ਸਾਲ ਦਾ 5% ਇਹਨਾਂ ਨੇ ਵਧਾਇਆ ਜੀ। ਊ ਤਾਂ ਬੈਨਰ ਲਾ ਤੇ 12,710 ਅਸੀਂ ਪੱਕੇ ਕਰਤੇ, ਜਿਹਦੇ ਵਿੱਚ ਪੱਕੇ ਵਾਲੀ ਕੋਈ ਗੱਲ ਨੀ, ਸਿਰਫ ਸਾਡਾ ਤਨਖਾਹ ਵਾਧਾ ਕੀਤਾ। ਸਰ ਦੇ ਦਿੰਦੇ ਹਾਂ ਜੀ ਤੁਹਾਨੂੰ। ਸਿਰ ਮੱਥੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਮੇਰਾ ਤਾਂ ਫਰਜ਼ ਆ ਨਾ, ਤੇ ਫਿਰ ਤੁਸੀਂ ਰੋਟੀ ਤਾਂ ਖਾਤੀ ਦੀ ਇੰਨੇ ਦਿਨ ਦੀ? ਮੈਂ ਤਾਂ ਪੂਰੀ ਕੋਸ਼ਿਸ਼ ਕਰੂੰਗਾ, ਤੁਹਾਨੂੰ ਮਿਲਦਾ ਹੈ ਫਿਰ ਮੈਂ ਤਾਂ ਕਰੂੰਗਾ ਜੀ। ਪਰ ਤੁਸੀਂ ਰੋਟੀ ਤਾਂ ਖਾਤੀ ਦੀ? ਰੋਟੀ ਖਾਣ ਨੂੰ ਸਾਡਾ ਦਿਲ ਨੀ ਕਰਦਾ, ਇੰਨੇ ਪਰੇਸ਼ਾਨ ਹਾਂ ਅਸੀਂ। ਹਾਂਜੀ,
ਟੈਂਕੀ ਦੀ ਵੀ ਹਾਲਤ ਬਹੁਤ ਖਸਤਾ, ਰਾਤ ਕੁੜੀ ਦਾ ਪੈਰ ਤਿਲਕ ਗਿਆ, ਨੀਚੇ ਗਿਰਦੀ ਗਿਰਦੀ ਬਚੀ ਆ ਸਰ, ਬਹੁਤ ਜਿਆਦਾ ਉੱਤੇ ਜਲਬ ਜੰਮੀ ਹੋਈ, ਹਰੇ ਵਾਲੀ ਜੰਮੀ ਆ, ਉੱਤੋਂ ਇੱਟ ਵੀ ਡਿੱਗ ਕੇ ਆਈ ਸਰ, ਕੁਛ ਵੀ ਹੋ ਸਕਦਾ ਜੀ। ਬਿਸਕਿਟ ਭੇਜ ਦੀਏ ਜਾਂ ਬ੍ਰੈਡ ਭੇਜ ਦੀਏ? ਨਹੀਂ ਸਰ, ਸਾਨੂੰ ਕੁਛ ਨਹੀਂ ਚਾਹੀਦਾ ਜੀ। ਟੈਂਕੀ ਦੀ ਹਾਲਤ ਇੰਨੀ ਕੁ ਖਸਤਾ ਜੀ ਕਿ ਸਿਰਫ ਉੱਪਰ 3 ਪੌੜੀਆਂ ਨੇ ਸਾਡੇ ਬੈਠਣ ਵਾਸਤੇ, ਸਾਰੀ ਟੈਂਕੀ ਤੇ ਤ੍ਰਿਪ ਤ੍ਰਿਪ ਕਰਕੇ ਪਾਣੀ ਚ ਆਈ ਜਾਂਦਾ, ਸਾਰੀ ਟੈਂਕੀ ਤਰੇੜਾ ਛੱਡੀ ਬੈਠੀ ਹੈ, ਤੇ ਕੋਈ ਵੀ ਨੁਕਸਾਨ ਹੋ ਸਕਦਾ ਕਿਸੇ ਵੀ ਟਾਈਮ, ਇੰਨੀ ਕੁ ਬੁਰੀ ਹਾਲਤ ਹੈ ਟੈਂਕੀ। ਸਾਡੀ ਹਜੇ ਤੱਕ ਨਾ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਕਾਰ ਨੀ ਲਈ। ਪਾਣੀ ਤਾਂ ਮਤਲਬ ਨੀ ਹੱਥ ਲਾਣ ਦਾ, ਬੰਦੇ ਦਾ ਕੰਮ ਕੀ ਹੈ ਹੱਥ ਲਾਣ ਦਾ, ਚਾਹੇ ਉਹ ਪੁਲਿਸ ਵਾਲਾ ਹੀ ਆ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਜੇ ਅਸੀਂ ਇਸੇ ਧੱਕੇ ਖਾਂਦੇ ਹਾਂ ਤੇ ਅੱਜ ਅਸੀਂ ਮਜਬੂਰੀ ਹੈ ਸਾਡੀ, ਅਸੀਂ ਤਾਂ ਇੱਥੇ ਬੈਠੇ ਹਾਂ, ਸਾਨੂੰ ਕੋਈ ਸ਼ੌਕ ਥੋੜੀ ਆ, 3 ਦਿਨ ਤੋਂ ਅਸੀਂ ਉੱਪਰ ਬੈਠੇ ਆ, ਘਰ ਦੀਆਂ ਮਜਬੂਰੀਆਂ ਹੈਗੀਆਂ, ਫਾਦਰ ਸਾਹਿਬ ਮੇਰੇ ਹੈ ਨੀ, 6000 ਗੁਜ਼ਾਰਾ ਕਰਦੀ ਆ, ਭਰਾ ਦਾ ਕੰਮ ਨੀ ਚੱਲਦਾ, ਮਾਂ ਬੁੜੀ ਆ ਵਿਚਾਰੀ ਬਿਮਾਰ ਰਹਿੰਦੀ ਆ, ਇਹਨਾਂ ਦੇ ਨਿੱਕੇ ਨਿੱਕੇ ਬੱਚੇ ਆ, ਉਹ ਧੱਕੇ ਖਾਂਦੇ, ਇਹ ਧਿਆਨ ਨਾਲ ਛੱਡ ਕੇ ਬੈਠੀਆਂ, ਮੇਰਾ ਵਿਆਹ ਨੀ ਹੁੰਦਾ, ਕਹਿੰਦੇ ਕੁੜੀ ਕਿੰਨਾ ਕਮਾਉਂਦੀ ਆ, ਅਸੀਂ ਤਾਂ 30000 35000 ਕਮਾਉਂਦੀ, ਅਸੀਂ ਤਾਂ ਰਿਸ਼ਤਾ ਕਰਾਂਗੇ, ਲੋਕੀ ਡਿਮਾਂਡਾਂ ਰੱਖਦੇ ਆ, ਅਸੀਂ ਕਿੱਥੇ ਨੂੰ ਜਾਈਏ, ਜਾਣ ਲੱਗਣ ਜੇ ਅਸੀਂ ਨਜਾਇਜ਼ ਹੋਈਏ, ਇੱਥੋਂ ਦੇ ਪ੍ਰਸ਼ਾਸਨ ਵਾਲੇ ਫੋਨ ਕਰਕੇ ਕਹਿੰਦੇ ਤੁਹਾਨੂੰ ਕਹਿੰਦੇ ਕੀ ਮੰਗਦੇ, ਕਹਿੰਦੀ ਮੈਂ ਕਿਹਾ ਸਰ ਸਾਡੀ ਆਹ ਮੰਗ ਆ, ਸਾਨੂੰ ਪੱਕੇ ਨੀ, ਇਹਨਾਂ ਨੇ ਸਾਨੂੰ 18000 ਸੈਲਰੀ ਸਾਡੀ ਵੀ ਕਰ ਦੇਣਾ, ਸਾਡਾ 31 ਅਗਸਤ 2023 ਤੱਕ ਦਾ ਸਮਾਂ ਪੂਰਾ ਹੁੰਦਾ ਆ, ਕਹਿੰਦਾ ਜੀ ਏਦਾਂ ਕਿੱਦਾਂ ਤੁਹਾਨੂੰ ਪੱਕੇ, ਮੈਂ ਕਿਹਾ ਸਰ ਅਸੀਂ 10 ਸਾਲ ਜ਼ਿੰਦਗੀ ਦੇ ਦਿੱਤੇ ਆ, 8 ਮਹੀਨੇ ਉੱਪਰ ਲੰਘ ਗਏ ਸਾਡੇ, ਠੀਕ ਹੈ ਜੇ ਅਸੀਂ ਗਲਤ ਹੋਈਏ ਸਾਨੂੰ ਗੋਲੀ ਮਾਰ ਦੋ, ਅਸੀਂ ਗਲਤ ਨੀ ਹੈਗੇ, ਅਸੀਂ ਸਹੀ ਆ, ਅਸੀਂ ਤਾਂ ਬੈਠੇ ਆ, ਸਾਨੂੰ ਸ਼ੌਕ ਨੀ ਹੈਗਾ ਉੱਪਰ ਬੈਠਣ ਦਾ, ਇੰਨਾ ਸਾਨੂੰ ਪਰੇਸ਼ਾਨ ਕਰਦੇ ਆ, ਇੱਥੇ ਰਹਿ ਕੇ ਵੀ ਪਰੇਸ਼ਾਨ ਕਰਦੇ ਆ, ਅਸੀਂ ਹੁਣ ਸ਼ਰਮ ਬੈਠੀ ਸਕੂਲਾਂ ਦੇ ਵਿੱਚ ਨਹੀਂ ਨਾ ਅਸੀਂ ਰੱਖਦੇ, ਛੋਟੇ ਛੋਟੇ ਬੱਚੇ ਲਿਆ ਕੇ ਸਕੂਲਾਂ ਦੇ ਵਿੱਚ ਅਸੀਂ ਐਡਮਿਸ਼ਨ ਕਰਵਾਉਣੇ ਹੈਗੇ, ਅਸੀਂ ਉਹਨਾਂ ਨੂੰ ਪੜ੍ਹਾ ਕੇ ਫਿਰ ਅਗਲੀਆਂ ਕਲਾਸਾਂ ਦੇ ਵਿੱਚ ਭੇਜ ਦਿਆ, ਜਿਵੇਂ ਆਪਾਂ ਘਰ ਦੀ ਨੀਂਵ ਨੀ ਹੁੰਦੀ ਜੀ, ਨੀਂਵ ਅਸੀਂ ਸਕੂਲਾਂ ਦੀ ਨੀਂਵ ਅਸੀਂ ਰੱਖਦੇ ਆ ਜੀ, ਛੋਟੇ ਬੱਚਿਆਂ ਨੂੰ ਪੜ੍ਹਾਈਏ ਫਿਰ ਐਡਜਸਟਮੈਂਟ ਹੁੰਦੀ ਹੈ, ਫਿਰ ਦੂਜੇ ਬੱਚਿਆਂ ਨੂੰ 5ਵੀਂ ਤੱਕ ਦੇ ਬੱਚਿਆਂ ਨੂੰ ਫਿਰ ਕਲਾਸਾਂ ਚ ਬਿਠਾਉਂਦੇ ਆ, ਸਾਨੂੰ ਬੇਹ ਵਿਹਲੇ ਨਾ ਬੈਠੇ ਰਹਿਣ, ਤੁਸੀਂ ਆਪ ਹੀ ਦੱਸੋ ਜੀ 6000 ਤੇ ਗੁਜ਼ਾਰਾ ਹੋ ਸਕਦਾ ਜੀ ਖਰਚ, ਫਿਰ ਸਾਡੇ ਨਾਲ ਮਤਰੇਈ ਮਾਂ ਵਾਲਾ ਹਾਲ ਕੀਤਾ ਇਸ ਸਰਕਾਰ ਨੇ, 12,710 ਤੱਕ ਪੱਕੇ ਕਰਦੇ, ਸਿਰਫ 150 ਅਧਿਆਪਕ ਨੂੰ ਕਿਉਂ ਛੱਡਿਆ ਜੀ, ਸਿਰਫ ਸਾਡੀ ਇਹ ਗੱਲ ਸੀਗੀ ਸਾਡੇ ਪੈਨਸ਼ਨ ਘੱਟ ਸੀ 10 ਸਾਲ ਤੋਂ ਜਾਂ 10 ਦਿਨ ਘੱਟ ਸੀ, ਪਰ ਇਹਨਾਂ ਨੇ 31 ਅਗਸਤ ਦਾ ਸਮਾਂ ਰੱਖਿਆ ਸੀ, 31 ਅਗਸਤ ਤੱਕ ਤਾਂ ਅਸੀਂ ਸਮਾਂ ਪੂਰਾ ਕਰਤਾ ਸੀ ਨਾ ਸਰ, ਜਦੋਂ ਅਸੀਂ ਕਾਂਗਰਸ ਸਰਕਾਰ ਵੇਲੇ ਧਰਨਾ ਲਾਇਆ ਬੈਠੀ ਮੋਹਾਲੀ ਜੀ, ਉਦੋਂ ਇਹ ਸਾਰੇ ਆਏ ਸੀ ਸਾਡੇ ਕੋਲ,
ਉਹਨਾਂ ਨੇ ਇੱਕ ਸਾਡੇ ਲਈ ਪੋਲਿਸੀ ਬਣਾਈ ਸੀ ਅਤੇ ਪੋਲਿਸੀ ਨੂੰ ਇੱਕ ਦੋ ਦਿਨ ਘੱਟਦੇ ਸੀਗੇ, ਉਹ 31 ਅਗਸਤ ਤੱਕ ਬਣਾਈ ਸੀ। 31 ਅਗਸਤ ਨੂੰ ਇਹ ਸਾਰੇ 10 ਸਾਲ ਪੂਰੇ ਕਰਦੇ ਆ ਜਿਹੜੇ ਇੱਥੇ ਬੈਠੇ ਹੋਏ ਆ। ਹੁਣ ਇਹ ਸਾਨੂੰ ਰੋਜ਼ ਲਾਰੇ ਲਾਉਂਦੇ ਆ ਵੀ ਤੁਹਾਨੂੰ 15 ਦਿਨਾਂ ਬਾਅਦ ਆਰਡਰ ਦੇ ਦਾਂਗੇ, 20 ਦਿਨਾਂ ਬਾਅਦ ਆਰਡਰ ਦੇ ਦਾਂਗੇ। ਪੁਰਾਣੀ ਐਪਲੀਕੇਸ਼ਨ ਹੈ ਨਾ, ਮੈਨੂੰ ਨਵੀਂ ਦਿਓ। ਇਹ ਨੋਟੀਫਿਕੇਸ਼ਨ ਹੈ ਜੀ, ਇਹ ਨੋਟੀਫਾਈ ਐਪਲੀਕੇਸ਼ਨ ਤਾਂ ਦਿਓ ਨਾ। ਐਪਲੀਕੇਸ਼ਨ ਲਿਖਦੇ ਆ ਸਰ ਤੁਹਾਡੇ ਨਾਂ ਤੇ। ਕੇ ਡੀਸੀ ਸਾਹਿਬ ਕੋਲ ਸਰ ਅਸੀਂ ਗਏ ਸੀ ਜੀ, ਕੇ ਡੀਸੀ ਸਰ ਕੋਲੇ ਵੀ ਗਏ ਸੀ, ਅਸੀਂ ਡੀਸੀ ਸਾਹਿਬ ਕੋਲੇ ਵੀ ਗਏ ਸੀਗੇ 26 ਤਰੀਕ ਨੂੰ, ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਉਹਨਾਂ ਨੇ ਸਾਡੀ ਮੀਟਿੰਗ ਕਿਹਾ ਸੀਗਾ 27 ਤਰੀਕ ਨੂੰ ਮੀਟਿੰਗ ਕਰਾ ਦਿੰਦੇ ਆ ਜੀ ਵੀ ਈਐਮ ਸਾਹਿਬ ਨਾਲ ਸਰ ਉਹਨਾਂ ਈਐਮ ਸਾਹਿਬ ਨਾਲ ਹਾਂਜੀ ਸਰ ਹਰਜੋਤ ਸਿੰਘ ਬੈਂਸ ਨਾਲ ਮਿਨਿਸਟਰ ਨਾਲ ਹਾਂਜੀ, ਤੇ ਸਰ ਸਾਡੀ 27 ਤਰੀਕ ਦੀ ਮੀਟਿੰਗ ਹੋਈ ਨਹੀਂ ਜੀ। ਉਹਨਾਂ ਨੇ ਗਾਹਾਂ ਕਰਤੀ 4 ਦੀ ਤੇ ਗਾਹਾਂ ਹੁਣ ਉਹਨਾਂ ਨੇ ਕੀ ਕਹਿੰਦੇ ਨੇ 6 ਤਰੀਕ ਦੀ ਕੱਲ ਦੀ ਰੱਖੀ ਹੋਈ ਹੈ ਜੀ। ਆਰਡਰ ਦੇਣੇ ਸੀ ਜੀ 31 ਤੱਕ, ਅਸੀਂ 10 ਸਾਲ ਪੂਰੇ ਕਰਦੇ ਆ, ਦੂਜੇ ਨੂੰ ਇਹਨਾਂ ਨੇ ਪਹਿਲਾਂ ਦਿੱਤੇ। ਹੁਣ ਇਹ ਕਹਿੰਦੇ ਵੀ ਕੱਟ ਆਫ ਡੇਟ ਲੰਘ ਗਈ, ਹੁਣ ਤੁਹਾਨੂੰ ਪਰਮਿਸ਼ਨ ਦੇ ਕੇ ਆ ਦੂਜਾ ਕਰਾਂਗੇ। ਪਰਮਿਸ਼ਨ ਦੇਣ ਦੇ ਉੱਤੇ 7 ਮਹੀਨੇ ਲੰਘਾਤੇ ਸਰ ਸਾਡੇ, ਆਹ ਦੇਖੋ 31 ਤੱਕ ਪੋਲਿਸੀ ਦਾ ਉਹ ਕੀਤਾ ਸੀ। ਹੁਣ ਰੋਜ਼ ਲਾਰਾ ਲਾਉਂਦੇ ਵੀ ਤੁਹਾਨੂੰ 10 ਦਿਨਾਂ ਨੂੰ ਆਰਡਰ ਦੇ ਦਾਂਗੇ, 15 ਦਿਨਾਂ ਦੇ ਦਾਂਗੇ, ਦਿੰਦੇ ਹੈ ਨਹੀਂ। 8 ਮਹੀਨੇ ਹੋ ਗਏ ਸਰ, ਹਾਂਜੀ ਸਾਰੇ ਆ ਜੀ। ਕਿੰਨੇ ਕਹਿ ਗਏ ਹੋ ਤੁਸੀਂ? 115 ਜਾਣੇ ਆ ਜੀ ਸਾਡੇ ਸੰਗਰੂਰ ਦੇ। ਸੰਗਰੂਰ ਦੇ ਜੀ ਸਾਰੇ ਪੰਜਾਬ ਦੇ, ਸੰਗਰੂਰ ਦੇ ਵੀ ਬਹੁਤ ਜਾਣੇ ਆ ਤੁਸੀਂ? 10-12 ਜਾਣੇ ਹੈਗੇ ਜੀ। ਮੈਂ ਸਰ ਬਠਿੰਡੇ ਤੋਂ ਆ ਜੀ। ਹਾਂਜੀ ਨਹੀਂ, ਇਹਨਾਂ ਦੇ ਪੇਕੇ ਧੂਰੀ ਨੇ ਜੀ, ਮੇਰੇ ਪੇਕੇ ਧੂਰੀ ਨੇ। ਹਾਂਜੀ ਤਾਂ ਹੀ ਤਾਂ ਤੁਹਾਡੇ ਤੇ ਇੰਨਾ ਮਾਣ ਕਰਦੇ ਆ ਅਸੀਂ। ਮਾਨ ਸਾਹਿਬ ਅੱਜ ਇੱਥੇ ਤੁਸੀਂ ਪਹੁੰਚੇ ਹੋ, ਅਧਿਆਪਕਾਂ ਦੀਆਂ ਮੰਗਾਂ ਸੁਣੀਆਂ, ਕੀ ਕਹਿਣਾ ਚਾਹੋਗੇ? ਇਹ ਤਾਂ ਬਹੁਤ ਮੁਸ਼ਕਲ ਦੇ ਵਿੱਚ ਹੈਗੇ ਆ, ਤੇ ਇਹਨਾਂ ਨੂੰ 6,000 ਤਨਖਾਹ ਮਿਲਦੀ ਹੈ ਤੇ ਇਹ ਤਾਂ ਆਪਣੀ ਫੈਮਿਲੀ ਵੀ ਨਹੀਂ ਪਾਲ ਸਕਦੇ। ਇੱਕ ਜਿਹੜੀ ਬੀਬੀ ਖੰਭਿਆਂ ਤੇ ਚੜੀ ਹੈ ਟੈਂਕੀ ਤੇ, ਉਹਦੀ ਸ਼ਾਦੀ ਵੀ ਨਹੀਂ ਹੋਈ ਹੈਗੀ। ਲੋਕੀ ਕਹਿੰਦੇ ਆ ਕਿ ਇਹ 6,000 ਵਾਲੀ ਬੀਬੀ ਦੇ ਨਾਲ ਕਾਹਦੀ ਸ਼ਾਦੀ ਹੋ ਸਕਦੀ ਹੈ? ਤੇ ਇਹ ਤਾਂ ਬਹੁਤ ਧੱਕਾ ਹੈ ਕਿ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ? 2003 ਤੋਂ ਜੀ। 2003 ਤੋਂ ਅੱਜ 21 ਸਾਲ ਹੋ ਗਏ। 21 ਸਾਲ ਤੋਂ ਇਹ 6,000 ਰੁਪਇਆ ਮਹੀਨੇ ਦੀ ਨੌਕਰੀ ਤੇ ਹੈ। ਸਰ ਸਾਡੇ ਨਾਲ ਦੇ ਟੀਚਰ ਜੋ 70,000 ਰੁਪਇਆ ਲੈ ਰਹੇ ਆ, ਉਹਨਾਂ ਹੀ ਕੰਮ ਅਸੀਂ ਕਰ ਰਹੇ ਆ ਸਰ। ਸਵੇਰੇ 8 ਵਜੇ ਅਸੀਂ ਸਕੂਲ ਜਾਂਦੇ ਆ ਉਹਨਾਂ ਦੇ ਬਰਾਬਰ, ਤੇ ਅਸੀਂ 3 ਵਜੇ ਸਕੂਲ ਵਾਪਸ ਆਉਂਦੇ ਆ ਜਦੋਂ ਉਹ ਟੀਚਰ ਆਉਂਦੇ ਆ। ਅਸੀਂ ਉਹਨਾਂ ਤੋਂ ਵੱਧ ਕੇ ਕੰਮ ਕਰਦੇ ਆ, ਪਰ ਉਹਨਾਂ ਦੇ ਬਹੁਤ ਮੁਸ਼ਕਲ ਹੈ ਜੀ ਇਹਨਾਂ ਦੇ ਲਈ। 6,000 ਲੈ ਰਹੇ ਆ ਸਾਨੂੰ, ਉਹ ਵੀ ਨਹੀਂ ਪੂਰਾ ਦੇ ਰਹੇ। ਤੇ ਮੈਂ ਸੈਕਟਰੀ ਐਜੂਕੇਸ਼ਨ ਜਿਹੜਾ ਹੈਗਾ IAS ਦੇ ਹੈਗੇ ਆ, ਉਹਨਾਂ ਕੋਲ ਇਹਨਾਂ ਦੀ ਦਰਖਾਸਤ ਭੇਜਦਾ ਕਿ ਇਹ ਇਹਨਾਂ ਦਾ ਇੱਕਦਮ ਕੀਤਾ ਜਾਵੇ, ਕਿਉਂ ਕਰਕੇ ਜਿਹੜਾ ਸੰਵਿਧਾਨ ਹੈ ਉਹਦੇ ਮੁਤਾਬਕ ਆਰਟੀਕਲ 14 ਦੇ ਕਾਨੂੰਨ ਦੇ ਅੱਗੇ ਸਭ ਬਰਾਬਰ ਨੇ। ਜੇ ਇਹਨਾਂ ਦੇ ਨਾਲ ਦੇ ਬੰਦਿਆਂ ਦੇ ਬੀਬੀਆਂ ਦੇ ਤਨਖਾਹਾਂ ਵੱਧ ਗਈਆਂ, ਫਿਰ ਆਰਟੀਕਲ 14 ਦੇ ਮੁਤਾਬਕ ਇਹਨਾਂ ਦੀਆਂ ਵੀ ਵਧਣੀਆਂ ਚਾਹੀਦੀਆਂ। ਸੋ ਇਹ ਸੰਵਿਧਾਨਕ ਚੀਜ਼ ਹੈ। ਤੇ ਤੁਸੀਂ ਕੋਈ ਵਕੀਲ ਕੋਲ ਅੱਜ ਤੱਕ ਨਹੀਂ ਗਏ? ਨਹੀਂ ਜੀ, ਵਕੀਲ ਤੱਕ ਨਹੀਂ ਗਏ ਸੀ। ਕੇ ਯਾਦਵ ਸਾਹਿਬ ਕੋਲ ਕੁਛ ਹੈ ਹੀ ਨਹੀਂ ਜੀ, ਪੇਮੈਂਟ ਹੀ ਨਹੀਂ। ਅਸੀਂ ਵਕੀਲਾਂ ਨੂੰ ਕੀ ਦੇਵਾਂਗੇ ਸਰ?
ਸਾਡੇ ਅਸੀਂ 6000 ਆਪ ਗੁਜ਼ਾਰਾ ਕਰਦੇ ਵਕੀਲਾਂ ਨੂੰ ਕੀ ਦੇਵਾਂਗੇ, ਵਕੀਲ ਵੀ ਤਾਂ ਸਾਡੇ ਤੋਂ ਪੈਸੇ ਮੰਗਣਗੇ ਜੀ। ਨਾ ਨਾ ਕਈ ਤਾਂ ਚੰਗੇ ਹੁੰਦੇ ਆ ਸਰ, ਕੋਈ ਨੀ ਸਰ ਪੈਸੇ ਤੋਂ ਬਿਨਾਂ ਕੋਈ ਨੀ ਕੰਮ ਕਰਦਾ ਜੀ। ਸਰ ਅਸੀਂ ਵਕੀਲਾਂ ਨੂੰ ਪੈਸੇ ਕਿੱਥੋਂ ਦੇਵਾਂਗੇ ਜੀ, ਅਸੀਂ ਸਾਡੀ 6000 ਤਾਂ ਤਨਖਾਹ ਹੈ ਜੀ। ਨਹੀਂ ਉਹ ਬਾਅਦ ਚ ਲੈ ਲੈਂਦੇ ਆ, ਕਈ ਚੰਗੇ ਹੁੰਦੇ ਆ। ਸਰ ਅਸੀਂ ਸਾਨੂੰ ਆਏ ਸੀ ਜੀ, ਸਰਕਾਰ ਨੇ 31-8 ਪਾਈ ਹੋਈ ਹੈ ਜੀ, ਸਾਡਾ ਕੰਮ ਛੇਤੀ ਹੋ ਜੂਗਾ ਜੀ, ਅਸੀਂ ਤਾਂ ਹੀ ਨਹੀਂ ਗਏ। ਆਹ ਗੱਲ ਨੇ ਮਾਰਿਆ ਨੇ 8 ਮਹੀਨੇ ਨੂੰ ਦਿੱਤੀ ਜੀ। ਨੋ 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 ਆਕਾਸ਼ ਬੰਸਲ ਜੀ। ਹਾਂ ਆਕਾਸ਼ ਬੰਸਲ ਬੰਸਲ ਹਾਂ। ਮਿਸਟਰ ਬੰਸਲ ਗੁੱਡ ਆਫਟਰਨੂਨ, ਆਈ ਐਮ ਐਟ ਦ ਟੈਂਕ ਓਵਰ ਹੇਅਰ ਵੇਅਰ ਦੀਸ ਲੇਡੀ ਟੀਚਰਸ ਹੈਵ ਕਲਾਈਮਡ ਦ ਟੈਂਕ ਯੂ ਨੋ ਐਂਡ they want justice. I mean to say, if the other people have got their pays increased, then I think they should equally be given the same opportunity. Will you come and see them and talk to them? No, it should be. No, it should be because their colleagues have got that extra amount of pay and money. Article 14 says everyone is equal before the law, and then I think you should then you forcefully put the case up. You can't see these ladies up in the tower. It's a shameless thing for us, for me as an MP and you as an administrator, to see these and will you ask the doctors to come and check them up and see if you can sort of send some biscuits and bread for them and sort of do something for them. And send the doctors to examine them and then I think the deputy commissioner, and you can write to the education secretary also separately instead of just waiting for the minister to take the decision. And Anna, we'd be more understanding than the minister. Oh, please. Liao phir ki likhya padho. ਵਿਸ਼ਾ ਰੈਗੂਲਰ ਹੋਣ ਤੋਂ ਰਹਿੰਦੇ ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਸੰਬੰਧੀ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਅਸੀਂ ਕੱਚੇ ਅਧਿਆਪਕ ਜਿਹੜੀਆਂ 10 ਸਾਲ ਸਰਵਿਸ ਪੂਰੀ ਕਰਦੇ, ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ 12,700 ਅਧਿਆਪਕ ਪੱਕੇ ਕੀਤੇ ਸਨ, ਜਿਨ੍ਹਾਂ ਵਿੱਚ 130 ਦੇ ਲਗਭਗ ਅਧਿਆਪਕ 31 ਅਗਸਤ 2023 ਤੱਕ ਸਮਾਂ ਪੂਰੇ ਕਰਦੇ ਸੀ। ਜੋ ਤਨਖਾਹ ਵਾਧੇ ਦੇ ਆਰਡਰਾਂ ਤੋਂ ਰਹਿ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਦਿੱਤੇ ਜਾਣ। ਆਪ ਜੀ ਦੇ ਵਿਸ਼ਵਾਸ ਪਾਤਰ 10 ਸਾਲ ਸਰਵਿਸ ਪੂਰੀ ਕਰਦੇ ਕੱਚੇ ਅਧਿਆਪਕ ਯੂਨੀਅਨ ਪੰਜਾਬ। ਫੇਰ ਪੜ੍ਹਿਓ। ਬੇਨਤੀ ਹੈ ਕਿ ਅਸੀਂ ਕੱਚੇ ਅਧਿਆਪਕ ਯੂਨੀਅਨ 10 ਸਾਲ ਸਰਵਿਸ ਪੂਰੀ ਕਰਦੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ 12,700 ਅਧਿਆਪਕ ਪੱਕੇ ਕੀਤੇ ਗਏ ਸਨ। ਉਹਨਾਂ ਨੇ 10 ਸਾਲ ਤੋਂ ਬਾਅਦ ਨਹੀਂ ਸਰ, ਨਹੀਂ ਇਹ ਜਿਹੜੇ ਪੱਕੇ ਕੀਤੇ ਆ, ਹਾਂਜੀ ਇਹਨਾਂ ਨੇ 10 ਸਾਲ ਤੋਂ 10 ਸਾਲ ਕੰਪਲੀਟ ਕਰਦੇ। ਹਾਂ ਹਾਂਜੀ, ਤੇ ਤੁਸੀਂ ਵੀ ਕੰਪਲੀਟ ਕਰਕੇ, ਹਾਂਜੀ 7 ਮਹੀਨੇ ਹੋ ਗਏ ਸਨ, ਜਿਨ੍ਹਾਂ ਵਿੱਚੋਂ 130 ਦੇ ਲਗਭਗ ਅਧਿਆਪਕ 31 ਅਗਸਤ ਤੱਕ ਸਮਾਂ ਪੂਰਾ ਕਰਦੇ ਸੀ। ਜੋ ਤਨਖਾਹ ਵਾਧੇ ਦੇ ਆਰਡਰਾਂ ਤੋਂ ਰਹਿ ਗਏ ਸਨ ਉਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਦਿੱਤੇ ਜਾਣ, ਜੋ ਅਸੀਂ ਹੈਗੇ। ਹਾਂ ਜਿਹੜਾ ਮੈਂ ਕਿਹਾ ਕਿ ਇਹ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਕ ਜੇ ਇਹਨਾਂ ਦੇ ਨਾਲ ਦੇ ਉਹਨਾਂ ਨੂੰ ਤਨਖਾਹਾਂ ਠੀਕ ਮਿਲ ਗਈਆਂ ਤਾਂ ਫਿਰ ਇਹਨਾਂ ਨੂੰ ਕਿਉਂ ਵੱਖਰਾ ਕੀਤਾ? ਇਹਨਾਂ ਨੇ ਵੀ 19 ਸਾਲ ਜਿੰਨੇ ਪਹਿਲੇ ਮਾਸਟਰਾਂ ਨੂੰ
ਪੈਸੇ ਦਿੱਤੇ ਗਏ ਹੈ, ਤਨਖਾਹਾਂ ਦਿੱਤੀਆਂ ਗਈਆਂ, ਇਹਨਾਂ ਦਾ ਵੀ ਹੱਕ ਉਹੀ ਹੈ ਤਾਂ ਇਹ ਤਾਂ ਦਿੱਤਾ ਜਾਏ। ਇਹ ਤਾਂ ਬਹੁਤ ਤਰਸਯੋਗ ਹਾਲਤ ਹੈ ਕਿ ਉੱਥੇ ਬੀਬੀਆਂ ਚੜੀਆਂ ਹੋਈਆਂ, ਨਾ ਉਹਨਾਂ ਨੇ ਖਾਧਾ ਨਾ ਪੀਤਾ ਨਾ ਕੁਛ ਹੈ, ਅਤੇ ਨਾ ਇੱਥੇ ਕੋਈ ਬੰਦਾ ਆਇਆ ਐਡਮਿਨਿਸਟ੍ਰੇਸ਼ਨ ਦਾ, ਨਾ ਕੋਈ ਡਾਕਟਰ ਇਹਨਾਂ ਨੂੰ ਦੇਖਣ ਆਇਆ। ਮੈਂ ADC ਨੂੰ ਕਿਹਾ ਕਿ ਡਾਕਟਰ ਵੀ ਭੇਜੋ ਅਤੇ ਆਪ ਵੀ ਪਤਾ ਕਰੋ ਅਤੇ ਸਿੱਧੀ ਚਿੱਠੀ ਸੈਕਟਰੀ ਐਜੂਕੇਸ਼ਨ ਨੂੰ ਲਿਖੋ ਕਿ ਇਹਨਾਂ ਦਾ ਕੰਮ ਪੂਰਾ ਹੋਵੇ। ਸਰ ਉਹ ਲੜਕੀਆਂ ਕਹਿ ਰਹੀਆਂ ਵੀ ਜਾਂ ਤਾਂ ਅਸੀਂ ਇੱਥੋਂ ਆਰਡਰ ਲੈ ਕੇ ਉਤਰਾਂਗੇ ਜਾਂ ਅਸੀਂ ਮਰ ਕੇ ਨੀਚੇ ਉਤਰਾਂਗੇ, ਸਾਡੇ ਕੋਲ ਪੈਟਰੋਲ ਦੀਆਂ ਬੋਤਲਾਂ, ਅਸੀਂ ਕਿਸੇ ਵੀ ਸਮੇਂ ਕੁਛ ਵੀ ਕਰ ਸਕਦੇ ਹਾਂ ਸਰ। ਦੂਰ ਦੇ ਸੀਗੇ, ਉਸ ਤੋਂ ਬਾਅਦ ਕੱਲ ਦੇ ਆਏ ਸੀਗੇ, ਲੇਡੀਜ਼ ਟੀਚਰ ਆਈ ਘਰੇ ਵੀ ਨਹੀਂ ਸਰ, ਫਾਜ਼ਿਲਕਾ ਤੋਂ ਹੀ। ਚਲੋ ਫਿਰ ਇਹ ਸਿਵਲ ਸਰਜਨ ਨੂੰ ਵੀ ਕਰਾ ਦੋ ਇਹ ਕੰਮ, ਤੇ ਬੀਬੀਆਂ ਬਾਥਰੂਮ ਇੱਥੇ ਜਾਂਦੇ ਸਰ? ਬਾਥਰੂਮ ਉੱਪਰ ਹੀ ਜਾਂਦੇ ਆ ਸਰ, ਨੀਚੇ ਨਹੀਂ ਉਤਰਨ ਦਿੰਦੇ ਜੀ ਸਰ। ਸਰ ਉਹ ਕੁੜੀ ਉਤਰੀ ਸੀ ਜੀ, ਫਿਰ ਉਹ ਮਿਸ ਬਿਹੇਵ ਕਰਨ ਲੱਗ ਗਈ ਜੀ। ਕੋਈ ਦੰਦੇ ਜਿਹੜੇ ਇਹਨਾਂ ਦੇ ਸਟਾਫ ਲਾਇਆ ਜੀ, ਜਿਹੜਾ ਸਟਾਫ ਲਾਇਆ ਪੁਲਿਸ ਵਾਲਾ, ਉਹ ਪੁਲਿਸ ਮੁਲਾਜ਼ਮ ਸਰ ਇਹਨਾਂ ਦਾ, ਉਹ ਕਹਿੰਦੇ ਤੁਸੀਂ ਉੱਪਰ ਚੜੇ ਉੱਪਰ ਹੀ ਚੜੇ ਰਹਿਣਾ, ਨੀਚੇ ਨਹੀਂ ਆਉਣਾ ਸਰ। ਸਿਵਲ ਸਰਜਨ ਨੂੰ ਕਰਦੇ, ਚਲੋ ਫਿਰ ਕਰਦੇ ਆ। ਇੱਥੇ ਬੈਠ ਕੇ ਲਿਖ ਨਹੀਂ ਸਕਦੇ ਕਿਤੇ? ਕੁਰਸੀ ਲਿਆਉਣੇ ਜੀ, ਕੁਰਸੀ ਉੱਥੇ ਹੈਗੀਆਂ, ਕੁਰਸੀ ਲਿਆਉਣ ਸਭ ਸਸਤੇ ਚੰਦ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਕੁਰਸੀ ਉਹਨੇ ਚੱਕ ਲਿਆਉਣੇ ਜੀ, ਹਾਂ ਕਹਿ ਦੇਣ। ਕੌਣ ਥਾਣੇਦਾਰ ਸਾਹਿਬ ਆਏ ਹੋਏ ਐ? ਕਿੱਥੇ ਨੇ ਆਇਓ ਵੀ ਜੀ? ਹਾਂ ਇੰਸਪੈਕਟਰ ਸਾਹਿਬ, ਇਹ ਜਦੋਂ ਉਤਰਦੀਆਂ ਆਪਣੇ ਬੰਦਿਆਂ ਨੂੰ ਕਹੋ ਇਹਨਾਂ ਨੂੰ ਹੱਥ ਹੁੱਥ ਨਾ ਲਾਉਣ, ਉਹ ਕੰਪਲੇਨ ਕਰ ਰਹੀਆਂ। ਨਹੀਂ ਨਹੀਂ ਅਸੀਂ ਲਾਉਂਦੇ, ਲੇਡੀ ਜੀ ਲਾ ਦੋ, ਲੇਡੀ ਲੇਡੀ ਲਾਈਏ ਅਸੀਂ, ਕੱਲ੍ਹ ਵੀ ਸਾਡੇ ਘਰ ਲੇਡੀ ਲਾ ਕੇ ਰੱਖੀ ਆ। ਇੱਥੇ ਬੰਦਿਆਂ ਨੂੰ ਰਿਮੂਵ ਵੀ ਕਰ ਦਿਓ, ਠੀਕ ਹੈ। ਬਾਈ ਬਾਈ ਕੀ ਕਰਨਾ ਹੋ ਗਿਆ? ਆ ਉਹਨਾਂ ਦਾ ਹੀ ਆ, ਆ ਗਿਆ ਬੈਠੋ। ਨਹੀਂ ਨਹੀਂ ਗੱਲ ਕਰੋ ਨਾ। ਹੈਲੋ, ਹਾਂ ਵੀਰ ਜੀ, ਪ੍ਰਧਾਨ ਸਾਹਿਬ ਗੱਲ ਕਰਨੀ, ਐਪੀ ਸਾਹਿਬ ਤੁਹਾਡਾ ਸਿਵਲ ਸਰਜਨ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆ ਜਿਹੜੀਆਂ ਬੀਬੀਆਂ ਮਾਸਟਰ ਟੈਂਕੀ ਤੇ ਚੜੀਆਂ ਨਾ, ਉਹਨਾਂ ਨੂੰ ਦੇਖਣ ਆਇਆ ਤੇ ਐਂਡ ਹੈਲਥ ਇਜ ਡਿਟੀਰੀਰੇਟਿੰਗ ਵੈਰੀ ਫਾਸਟ, ਕੁਡ ਯੂ ਪਲੀਜ਼ ਸੈਂਡ ਸਮ ਡਾਕਟਰਸ ਟੂ ਐਗਜ਼ਾਮਿਨ ਦੈਮ ਇਫ ਨੀਡ ਬੀ, ਦੇ ਸ਼ੁੱਡ ਬੀ ਗਿਵਨ ਸਮ ਇੰਜੈਕਸ਼ਨ ਔਰ ਸਮਥਿੰਗ ਲਾਈਕ ਦੈਟ, ਐਂਡ ਹੈਂਡ ਸਮ ਵਾਰਮ ਕਲੋਥਸ ਆਲਸੋ, ਬਲੈਂਕਟ ਔਰ ਸਮਥਿੰਗ ਲਾਈਕ ਦੈਟ। ਇਹ ਕਿਹੜੀ ਜਗ੍ਹਾ ਹੈਗੀ ਹੈ ਜੀ? ਵਿਜੀਲੈਂਸ ਦਫ਼ਤਰ ਦੇ ਨਾਲ ਨੀਅਰ ਦ ਵਿਜੀਲੈਂਸ ਆਫਿਸ, ਡਾਕਟਰ ਸਾਹਿਬ। ਹਾਂ ਭੇਜੋ ਦੋ ਕੰਬਲ ਵੀ ਭੇਜ ਦਿਓ ਇਹਨਾਂ ਨੂੰ, ਦੇਖੋ ਜੇ ਇਹਨਾਂ ਦੀ ਹੈਲਥ ਠੀਕ ਹੈ ਨਹੀਂ ਹੈ ਜਰਾ। ਹਾਂ ਚੰਗਾ, ਥੈਂਕ ਯੂ।
ਹੈਲੋ ਜੀ ਆ ਰਿਹਾ ਕਿੰਨੇ ਦਿਨ ਹੋ ਗਏ ਇਹਨਾਂ ਨੂੰ? ਜਿਹੜੇ ਬੰਦਿਆਂ ਨੂੰ ਪੈਸੇ ਮਿਲਣੇ ਸ਼ੁਰੂ ਹੋ ਗਏ ਆ, ਉਹਨਾਂ ਦੀ ਨੌਕਰੀ ਤੇ ਇਹਨਾਂ ਦੀ ਇੱਕੋ ਜਿਹੀ ਨਹੀਂ ਹੈ? ਹਾਂਜੀ ਇੱਕੋ ਜਿਹੀ। ਹਾਂਜੀ ਸ਼ਾਮ ਨੂੰ 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 ਸ
This is how the office is built. This is how the office is heading. ਸਰ ਏਡੀਸੀ ਸਾਹਿਬ ਦਾ ਫੋਨ ਆਇਆ ਸੀ, ਕਰਿਓ ਜੀ ਗੱਲ। ਲਿਓ ਡੀਸੀ ਸਾਹਿਬ ਦਾ, ਏਡੀ ਸਾਹਿਬ, ਹਾਂਜੀ ਏਡੀਸੀ ਸਾਹਿਬ, ਹਾਂਜੀ, ਥੈਂਕ ਯੂ। ਤੇ ਤੁਸੀਂ ਏਡੀਸੀ ਬੋਲ ਰਹੇ ਹੋ? So I'm writing a letter and please see it and give it to the deputy commissioner and proceed further. I'll be grateful. I'm sending it to you, but it's addressed to the education secretary, to you and the deputy commissioner. We shouldn't let any mishap happen over here, you know. Okay, thank you.